ਤੁਹਾਡਾ ਨਾਂ ਕੀ ਹੈ ਨਹੀਂ ਦੱਸਣਾ ਰੱਖਿਆ ਹੀ ਨਹੀਂ ਹਜੇ ਨਹੀਂ ਰੱਖਿਆ ਨਾਂ ਹੈ ਨਹੀਂ ਰੱਖਿਆ ਹਾਂ ਤੁਹਾਡੇ ਅੱਬੂ ਨੇ ਕੀ ਨਾਮ ਰੱਖਿਆ ਤੁਹਾਡੇ ਅੰਮਾ ਨੇ ਨਹੀਂ ਦੱਸਣਾ ਤੁਹਾਡੇ ਅੱਬਾ ਜੀ ਦਾ ਨਾਂ ਸੀ ਬੀਰਦੀਨ ਹੈ ਨਾ ਇਹ ਤਾਂ ਮੈਨੂੰ ਪਤਾ ਲੱਗ ਗਿਆ ਤੇ ਤੁਸੀਂ ਰਹਿੰਦੇ ਸੀ ਕਪੂਰਥਲੇ ਮਹੱਲਾ ਸੀ ਤੁਹਾਡਾ ਹਰਫਾਲਾ ਨਵੀਂ ਆਬਾਦੀ ਤੂੰ ਦੱਸ ਕਿਹੜੇ ਮਹਿਕਮੇ ਚ ਮੈਂ ਪੜਾਉਂਦਾ ਮੈਂ ਪ੍ਰੋਫੈਸਰ ਹਾਂ ਕਾਲਜ ਬੱਚਿਆਂ ਨੂੰ ਪੜਾਉਂਦਾ ਅੱਛਾ ਇਹ ਹਰਫਾਲਾ ਮਹੱਲਾ ਜਿਹੜਾ ਹਜੇ ਵੀ ਹੋਏਗਾ ਉੱਥੇ ਹਾਂ ਹੁਣ ਤੁਸੀਂ ਕਿਹੜਾ ਕਦੀ ਗਏ ਹੋ ਉੱਥੇ ਕਦੀ ਨਹੀਂ ਗਏ ਮੁੜ ਕੇ ਗੱਡੀ ਚੜਾਦਾ ਉਹ ਮੈਂ ਤਰ ਰੱਖੀ ਹੈ ਹੁਣ ਵੀ ਚੱਲ ਜਾਓਗੇ ਅੱਛਾ ਜਦੋਂ ਉੱਥੋਂ ਉਜਾੜੇ ਪਏ ਤੁਹਾਡੀ ਉਮਰ ਕਿੰਨੀ ਸੀ ਸ਼ਾਦੀ ਹੋ ਗਈ ਸੀ ਉਹ 3 ਸਾਲ ਤਾਂ ਰਹਿ ਗਏ ਆ ਆ 397 ਹੋ ਗਏ 3 ਰਹਿ ਗਏ ਇੱਕ ਨਾ 8 ਤੇ 10 70 70,000 ਦਾ ਨੋਟ ਨਿਕਲਿਆ ਤੇਰੇ ਵਰਗਾ ਮੈਨੂੰ ਘਰ ਦੇਣ ਆਇਆ ਉਹ ਚੱਲੇ ਹੀ ਨਾ ਹਾਂ ਹਾਂ ਕਹਿਣਾ ਸੀ ਨਹੀਂ ਲੈਣਾ ਹਾਂ 75 ਦਾ ਨੋਟ 75 ਦਾ ਨੋਟ ਦੁਕਾਨੇ ਮੁੰਡਾ ਲੈ ਕੇ ਜਾਵੇ ਕਹਿਣਾ ਸੀ ਨਹੀਂ ਲੈਣਾ ਹਾਂ ਅਸੀਂ ਨਹੀਂ ਲੈਣਾ ਹਾਂ ਤੇ ਸ਼ਹਿਰ ਚ ਲਾ ਤਾ ਹਾਂ ਹਾਂ ਅੱਛਾ ਹੁਣ ਇਹ ਜਿਹੜਾ ਹਰਫਾਲਾ ਮਹੱਲਾ ਹੈ ਇਹਦੇ ਚ ਹਿੰਦੂ ਸਿੱਖ ਹੈ ਨਹੀਂ ਸੀ ਹੈਗੇ ਸੀ ਕੋਈ ਨਾਂ ਤੁਹਾਨੂੰ ਯਾਦ ਹੈ ਕਿਸੇ ਵੱਡੇ ਬੰਦੇ ਦਾ ਨਹੀਂ ਤੁਹਾਡੇ ਅੱਬਾ ਜੀ ਨੂੰ ਤਾਂ ਮਿਲਣ ਆਉਂਦੇ ਹੋਣੇ ਆ ਤੁਹਾਡੇ ਅੱਬਾ ਜੀ ਕੀ ਕਰਦੇ ਸੀ ਥਾਣੇਦਾਰ ਬੀਰਦੀਨ ਥਾਣੇਦਾਰ ਹਾਂ ਉਹ ਸ਼ਹਿਰ 'ਚ ਥਾਣੇਦਾਰੀ ਕਰਦੇ ਸੀ ਜਾਂ ਬਾਹਰ ਵੀ ਜਾਂਦੇ ਸੀਗੇ ਬਾਹਰ ਵੀ ਜਾਂਦੇ ਸੀ ਅੱਛਾ ਵਰਦੀ ਬੁਰਦੀ ਪਾਉਂਦੇ ਸੀ ਹਾਂ ਅੱਛਾ ਚਾਚੇ ਤਾਏ ਤਾਇਆ ਹੈਗਾ ਸੀ ਕੋਈ ਤਾਇਆ ਉਹਦਾ ਕੀ ਨਾਂ ਸੀ ਇੱਕ ਨਾਂ ਗੁਲਾਮ ਅਹਿਮਦ ਗੁਲਾਮ ਅਹਿਮਦ ਇੱਕ ਨਾਮ ਹਾਂ ਅੱਛਾ ਤੇ ਉਹ ਕੀ ਕਰਦਾ ਸੀ ਗੁਲਾਮ ਮੁਹੰਮਦ ਉਹ ਇੱਕ ਐਸੀ ਸੀ ਸੁਣਿਆ ਹੋਇਆ ਅੱਛਾ ਅੱਛਾ ਇੱਕ ਤਹਿਸੀਲਦਾਰ ਸੀ ਅੱਛਾ ਅੱਛਾ ਸਾਰੇ ਨੌਕਰ ਸੀ ਨੌਕਰ ਸੀਗੇ ਸੱਤਾਂ ਭਰਾਵਾਂ ਦੀ ਮੇਰੀ ਫੁੱਫੋ ਇੱਕ ਸੀ ਇੱਕ ਭੈਣ ਸੀ ਇੱਕ ਭੈਣ ਉਹ 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 ਰਾਜੀ ਖੁਸ਼ ਆ ਗਈ ਸੀ ਮਰ ਗਈ ਮਰ ਗਈ ਸਾਰੇ ਹੀ ਮਰ ਗਏ ਫਿਰ ਤੁਹਾਡਾ ਤੇ ਅੱਬਾ ਜੀ ਪੁਲਿਸ ਸੀਗੇ ਤੇ ਜਦੋਂ ਇਹ ਰੌਲਾ ਪਿਆ ਪਾਕਿਸਤਾਨ ਹਿੰਦੁਸਤਾਨ ਦਾ ਫਿਰ ਇਹ ਇਹਨਾਂ ਨੇ ਕੀ ਕੀਤਾ ਉੱਥੋਂ ਆਏ ਸੀ ਤੇ ਰੱਖ ਤੇ ਅੱਛਾ ਖੋਜੇ ਵਾਲੀ ਸੁਣਿਆ ਹੈ ਹਾਂ ਹਾਂ ਉੱਥੋਂ ਚੜਾ ਗਏ ਹਾਂ ਜਦ ਦੋ ਕ ਤੁਰੀ ਗੱਡੀ ਗੱਡੀ ਉੱਠ ਗਈ ਰੇਲ ਗੱਡੀ ਹਾਂ ਕਾਬਲੇ ਕੱਢੇ ਹੋਏ ਗੱਡੀ ਦੇ ਤੁਹਾਡੇ ਕੋਲ ਫੜ ਲੈ ਤੇ ਤੁਸੀਂ ਦੇ ਦਿੱਤੇ ਤੁਹਾਡੇ ਅੱਬਾ ਜੀ ਕਿੱਥੇ ਸੀ ਉਦੋਂ ਉਹ ਵੀ ਉੱਥੇ ਸੀ ਨਕੋਲ ਹੀ ਸੀ ਤੁਹਾਡੇ ਬਸ ਤਾਂ ਥੋੜਾ ਬਚਤ ਹੋ ਗਈ ਹੈ ਹੁਣ ਚੱਲੀ ਆ ਤੁਹਾਡੇ ਅੱਖਾਂ ਦੇ ਸਾਹਮਣੇ ਮਾਰੇ ਉਹਨਾਂ ਨੇ ਬੰਦੇ ਹਾਂ ਤੁਹਾਡੇ ਅੱਬੂ ਇੱਥੇ ਆਏ ਸੀ ਅੱਛਾ ਬੜ ਸੀ ਜੇ ਗਰਦਨਾਂ ਦੀ ਕਿਸੇ ਕੁੜੀ ਨੂੰ ਵੀ ਜਾਣਦੇ ਜਿਹੜੀ ਉੱਧਰ ਰਹਿ ਗਈ ਮੁੜ ਕੇ ਆਈ ਨਹੀਂ ਸਾਡੇ ਮਹੱਲੇ ਦੀਆਂ ਦੋ ਕੁੜੀਆਂ 5 ਸਾਲ ਦੀਆਂ ਆਈਆਂ ਸੀ ਕਿਹਨਾਂ ਦੀਆਂ ਕੁੜੀਆਂ ਸੀ ਉਹ ਕੌਣ ਸੀ ਰਾਈਆਂ ਦੀਆਂ ਰਾਈ ਸੀ ਅਸੀਂ ਵੀ ਰਾਈ ਤੁਸੀਂ ਵੀ ਰਾਈ ਆ ਫਿਰ ਤੁਸੀਂ ਅੱਛਾ ਉਹ ਰਾਈਆਂ ਦੀਆਂ ਕੁੜੀਆਂ 5 ਸਾਲ ਬਾਅਦ ਆਈਆਂ ਫਿਰ ਬੱਚੇ ਵੀ ਹੋਣੇ ਉਹਨਾਂ ਦੇ ਆਹੋ ਉਹ ਕਿੱਥੇ ਬੈਠੀਆਂ ਆ ਕੇ ਵਿਚਾਰੀਆਂ ਫਿਰ ਉਹ ਇੱਕ ਵਾ ਜੜਾ ਵਾਲੇ ਕਿਹੜੇ ਚੱਕ ਚ ਪਤਾ ਹੈਗੀਆਂ ਕਿ ਮਰ ਗਈਆਂ ਨਹੀਂ ਦੋ ਟੱਬਰਾਂ ਚੋਂ ਮੈਂ ਆ ਸਹੁਰਿਆਂ ਚੋਂ ਤੇ ਮਾਪਿਆਂ ਚੋਂ ਅੱਛਾ ਹੋਰ ਸਾਰੇ ਮਰ ਗਏ ਤੁਹਾਡੀ ਉੱਥੇ ਹੁਣ ਮਹੱਲੇ ਦੇ ਵਿੱਚ ਤੁਸੀਂ 20 ਸਾਲਾਂ ਦੇ ਸੀਗੇ ਤੁਹਾਡੀ ਕੋਈ ਸਹੇਲੀ ਤਾਂ ਹੋਣੀ ਆ ਹਿੰਦੂਆਂ ਸਿੱਖਾਂ ਦੀ ਕੁੜੀ ਆ ਨਾ ਨਹੀਂ ਕੋਈ ਵਾਕਫ ਨਹੀਂ ਸੀ ਅਸੀਂ ਨਹੀਂ ਕਿਸੇ ਦੇ ਘਰ ਜਾਂਦੇ ਆ ਰਾਈ ਸੀਗੇ ਤੁਸੀਂ ਹਾਂ ਅੱਛਾ ਤੇ ਹੁਣ ਚੱਲੀ ਚੌਕ ਚਾਹੀਦੀ ਹੈ ਜੇ ਦੋ ਘਰ ਰਹਿੰਦੇ ਬਹਿ ਜਾਓ ਜਰਾ ਹੁਣ ਕਦੀ ਕਦੀ ਤਾਂ ਆਏ ਆ ਤੁਸੀਂ ਮਿਲ ਜਾਣਾ ਉੱਥੇ ਤਾਂ
ਪੁੱਛ ਰਿਹਾ ਵੀ ਮੈਨੂੰ ਪਤਾ ਹੋਵੇ ਫਿਰ ਤੁਰ ਕੇ ਆਵਾਂ। ਮੈਂ ਜਾਣਾ ਕਪੂਰਥਲੇ ਜਾਣਾ, ਮੈਂ ਜਲੰਧਰ ਜਾ ਕੇ ਆਇਆ ਕਪੂਰਥਲੇ ਐਤਕੀ ਜਾਣਾ। ਜਲੰਧਰ ਮੈਂ ਦੋ ਵਾਰੀ ਗਿਆ। ਕਿੰਨਾ ਕਿਰਾਇਆ ਲੱਗਦਾ? ਕਿਰਾਇਆ ਤਾਂ ਲਾ ਕੋਈ ਨਹੀਂ, ਵੀਜ਼ਾ ਲਵਾਉਣਾ ਪੈਂਦਾ, ਵੀਜ਼ਾ ਲੱਗਦਾ ਫਿਰ ਜਾਂਦਾ। ਪਾਸਪੋਰਟ ਪਹਿਲੇ ਬਣਾਉਣਾ ਪੈਂਦਾ, ਕਾਗਜ਼ ਹੁੰਦਾ ਨਾ ਪਾਸਪੋਰਟ। ਅੱਛਾ ਗੁੱਸਾ ਨਾ ਕਰੀ। ਹਾਂਜੀ ਹੁਣ ਤੇ 100 ਰੁਪਈਆ ਲੈ। ਅੱਛਾ ਦੱਸਾਂ ਕੀ ਲੈਣਾ? ਹਾਂ ਉਹ ਤਾਂ ਦਿਲ ਨਹੀਂ ਘਟਣਾ ਹਟਦਾ। ਦਹੀਂ ਦੀ ਲੱਸੀ ਬਣਾ ਕੇ ਪੀ ਲਾ ਨਾ। ਹਾਂ ਤਾਂ ਫਿਰ ਨਹੀਂ ਘਟਦਾ। ਤੁਹਾਨੂੰ ਲੱਸੀ ਪਿਲਾ ਦਿੰਦੇ ਆ? ਲੱਸੀ ਹੁਣੇ ਪਿਲਾ ਦਿੰਦੇ? ਉਹ ਨਾ ਗੱਲ ਸੁਣ ਲਾ, ਰੋਜ਼ ਪੀ ਲਿਆ ਕਰੋ ਆ ਕੇ। 400 ਰੁਪਈਆ ਕਿਰਾਏ ਦਾ ਲੱਗਦਾ। ਨਹੀਂ ਉਹ ਵੀ ਤੁਹਾਨੂੰ 100 ਰੁਪਈਆ ਵੀ ਮੈਂ ਦੇ ਦਿੰਦਾ, ਪਰ ਲੱਸੀ ਪੀ ਲਿਆ ਕਰੋ ਆ ਕੇ। ਉਹ 100 ਰੁਪਈਆ ਡਾਕਖਾਨੇ ਦਾ ਆਉਣ, 100 ਜਾਣ। ਅੱਛਾ ਅੱਛਾ 100 ਇੱਥੇ ਦਾ ਆਉਣ, 100 ਜਾਣ, 400 ਰੁਪਈਆ ਉੱਥੇ ਜਾ ਕੇ ਪੀਆ ਕਰਨੀ ਆ? ਹਾਂ। ਅੱਛਾ ਬਾਜ਼ਾਰ ਚੋਂ? ਉੱਥੇ ਹੋਟਲ ਆ ਸਾਡੇ ਪਿੰਡ। ਪਿੰਡ ਕਿਹੜਾ ਤੁਹਾਡਾ? ਨੰਗਲ। ਹੁਣ ਤੁਸੀਂ ਨੰਗਲ 'ਚ ਬੈਠੇ ਆ? ਹਾਂ। ਆਹ ਜਿਹੜਾ ਪੈਸਰੇ ਰੋਡ 'ਤੇ ਹੈ, ਕਿਹੜੇ ਰੋਡ? ਜਿਹੜਾ ਝੰਗ ਰੋਡ, ਝੰਗ ਰੋਡ 'ਤੇ ਨੰਗਲ ਹੈ। ਇਹਦਾ ਨੰਬਰ ਪਤਾ ਨਹੀਂ ਕਿੰਨਾ ਹੁਣ। 369 ਦਰੀਆ ਨੰਗਲ। 369 ਦਰੀਆ ਨੰਗਲ। ਹਾਂ। ਇਹ ਤੁਸੀਂ ਜਦੋਂ ਅਜਾੜੇ ਪੈ ਕੇ ਆਏ ਤਾਂ ਸਿੱਧੇ ਇੱਥੇ ਆਏ? ਨਹੀਂ। ਹਾਂ ਲਾਹੌਰ ਕੈਂਪ 'ਚ ਆਏ, ਛਾਲਾ ਬਾਗ 'ਚ। ਉੱਥੇ ਤੁਹਾਡੇ ਅੱਬੇ ਦੀ ਨੌਕਰੀ ਸੀ? ਨਹੀਂ ਨੌਕਰੀ ਤਾਂ 6 ਮਹੀਨੇ ਲੱਗਾ। ਕਿੱਥੇ ਲੱਗਾ ਆ ਕੇ ਫਿਰ? ਉਹ ਲੱਗਾ ਜੜ੍ਹਾਂ ਵਾਲੇ। ਅੱਛਾ ਤੁਸੀਂ ਉੱਥੇ ਰਹੇ ਫਿਰ ਜੜ੍ਹਾਂ ਵਾਲੇ? ਨਹੀਂ। ਹਾਂ ਅਸੀਂ 32 ਚੱਕਵਾ ਚੀਚਾ ਨਹੀਂ ਕਹੋ ਉੱਥੇ ਆ ਗਏ ਅਸੀਂ ਕਾਕੋ ਹੁਣ ਜਾਣਾ ਧੁੱਪ। ਅੱਛਾ ਤੁਹਾਡੇ ਅੱਬਾ ਜੀ ਵੀ ਵਾਪਸ ਨਹੀਂ ਗਏ ਕਦੀ? ਉਹ ਤਾਂ ਗਏ ਹੋਣੇ ਆ। ਨਹੀਂ ਉਹਨਾਂ ਦੇ ਯਾਰ ਦੋਸਤ ਹੋਣੇ ਉੱਧਰ ਵੀਰ ਦੀਨ ਥਾਣੇਦਾਰ ਦੇ? ਨਹੀਂ ਗਏ, ਝੂਠ ਦੇ ਮਾਨ। ਅੱਛਾ ਹੁਣ ਚੱਲੀ ਆ ਧੁੱਪ ਚੜ੍ਹਦੀ। ਦੇਖ ਲਓ ਹੁਣ ਤੁਸੀਂ ਸਾਡੇ ਕੋਲ ਬਹਿਣਾ ਨਹੀਂ ਚਾਹੁੰਦੇ, ਦੇਖ ਲਓ ਧੁੱਪ ਚੜ੍ਹਦੀ ਆ, ਇੱਦਾਂ ਤਾਂ ਨਹੀਂ ਨਾ ਗੱਲ। ਭੁੱਖ ਮਾਰੀ ਤਾਂ ਆਈ ਆ, ਦੁਕਾਨ ਵਾਲੇ ਤਾਂ ਹੱਥ ਬੰਨ ਬੰਨ ਕੇ ਪੈਸੇ ਲੈ। ਤੁਹਾਡੇ ਘਰ ਵਾਲੇ ਕਦੋਂ ਫੌਤ ਹੋਇਆ? 6 ਸਾਲ। ਅੱਛਾ ਆ ਜਿਹੜਾ ਸ਼ੀਦਾ ਭਲਵਾਨ ਹੈ ਨਾ ਮਰ ਗਿਆ, ਹਾਂ ਇਹਦੀ ਅੰਮੀ ਤੇ ਅਸੀਂ 3 ਮਹੀਨੇ ਇਕੱਠੇ ਰਹੇ ਆ। ਕਿੱਥੇ? ਚੀਚਾ ਵਤਨੀ। ਅੱਛਾ ਅੱਛਾ ਫਿਰ ਤੁਹਾਡੇ ਪੁਰਾਣੇ ਵਾਕਫ ਹੈ ਇਹ? ਇਹਨਾਂ ਦੀਆਂ ਮਾਈਆਂ ਜਿਹੜੀਆਂ ਸਾਡੇ ਵਿਆਹ ਸ਼ਾਦੀ ਸਾਰੇ। ਤੁਹਾਡੀ ਮੰਗਣੀ ਉੱਧਰ ਹੀ ਹੋ ਗਈ ਸੀ, ਵਿਆਹ ਵੀ ਇੱਥੇ ਆਣ ਕੇ? ਇਹ ਰਿਸ਼ਤੇਦਾਰ ਸੀ ਤੁਹਾਡੇ ਪਹਿਲੇ? ਕੀ ਹੱਜ? ਹਾਂਜੀ ਤੁਹਾਡੇ ਰਿਸ਼ਤੇਦਾਰ ਸੀ ਪਹਿਲੇ ਇਹ ਤੁਹਾਡੇ ਘਰ ਵਾਲਾ? ਇਹ ਮਲਕ ਹੱਜ ਦੇ। ਮੈਂ ਤੁਹਾਡੀ ਗੱਲ ਕਰਦਾ, ਤੁਹਾਡੇ ਘਰ ਵਾਲਾ ਜਿਹੜਾ ਤੁਹਾਡਾ ਰਿਸ਼ਤੇਦਾਰ ਸੀ ਪਹਿਲੇ, ਹਾਂ ਕੀ ਲੱਗਦਾ ਸੀ? ਮੇਰੀ ਬੀਬੀ ਦੇ ਮਾਮੇ ਦਾ ਪੁੱਤ ਭਰਾ। ਉਹ ਕਿੱਥੇ ਰਹਿੰਦੇ ਸੀ? ਉੱਥੇ ਹੀ। ਉਸੇ ਪਿੰਡ ਦੇ ਸੀ? ਹੋਰ ਪਿੰਡ ਦੇ ਸੀ? ਉੱਥੇ ਦੇ, ਤੁਹਾਡੇ ਮਹੱਲੇ ਦੇ। ਉਸੇ ਮਹੱਲੇ 'ਚ ਰਹਿੰਦੇ ਸੀ ਪਹਿਲੇ? ਤੁਸੀਂ ਦੇਖਿਆ ਸੀ ਇੱਕ ਦੂਜੇ ਨੂੰ? ਨਹੀਂ ਨਹੀਂ ਪਤਾ। ਐਂ ਤਾਂ ਗੱਲ ਕੋਈ ਨਾ ਹੋਈ, ਹੁਣ ਮਹੱਲੇ ਇੱਕ 'ਚ ਰਹਿੰਦੇ ਤਾਂ ਦੇਖਿਆ ਹੀ ਨਾ ਹੋਵੇ ਤੁਸੀਂ। ਨਹੀਂ ਮੈਂ ਨਹੀਂ ਸੀ ਇੱਦਾਂ ਦੀਆਂ ਗੱਲਾਂ ਕਰ। ਹਾਂ 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 ਠੀਕ ਹੈ ਜੀ, ਠੀਕ ਹੈ। ਹੁਣ ਜਿਹੜੀ ਕੰਮ ਦੀ ਗੱਲ ਕਰਨ ਵਾਲੀ ਉਹ ਲੁਕ ਗਈ ਸਾਰੀ ਗੱਲ ਤਾਂ ਸੁਣ। ਹਾਂਜੀ ਆਹ ਕੁੜੀਆਂ ਬੈਠੀਆਂ ਆ, ਹਾਂ ਫੀਜ ਪਾਰਕ ਨਾ ਰਾਈ ਆ, ਮੈਂ ਉੱਥੇ ਜਾਂਦੀ ਹਾਂ। ਹਾਂ ਉਹ ਬੈਠ ਕੇ ਬੈਠਾ ਤੇਰੇ ਵਾਂਗੂ, ਹਾਂ ਤੇ ਕੁੜੀਆਂ ਬਾਹਰ ਬੈਠੀਆਂ। ਹਾਂ ਮੈਂ ਕਿਹਾ ਮੈਂ ਲੁੱਚਾ ਲੱਭਦੀ ਹਾਂ, ਮੈਨੂੰ ਲੁੱਚਾ ਨਹੀਂ ਲੱਭਦਾ। ਹਾਂ ਜਵੇਦ ਅਨਚਾਰ ਜਵਾਬ ਬਾਹਰ ਨਿਕਲ ਕੇ ਕਹਿੰਦਾ ਬੀਬੀ ਬੀਬੀ ਬਸ਼ੀਰਾ, ਮੈਂ ਕਹਾਂਗੀ ਔਰਤ ਨੇ ਬੰਦਾ ਨਹੀਂ ਲੁੱਚਾ ਹੁੰਦਾ, ਔਰਤ ਲੁੱਚੀ ਹੁੰਦੀ। ਹਾਂ ਮੈਂ ਤਾਂ ਇਹ ਗੱਲ ਤੁਸੀਂ ਬੜੇ ਤਰੀਕੇ ਨਾਲ ਕੀਤੀ ਹੈ। ਅੱਛਾ ਅੱਖਾਂ ਮੋਹਰੇ ਕਾਕੋ ਤੁਸੀਂ ਧੀਆਂ ਲੱਗਦੀਆਂ ਕੱਪੜਾ ਦੇ ਲਿਆ। ਅੱਛਾ ਹੁਣ ਕਹਿੰਦਾ ਹੋਊ ਮਾਈ ਬੁੱਢੀ ਗੱਲਾਂ ਕਿੰਨਾਂ ਦੀਆਂ ਕਰ। ਹਾਂ ਹਾਂ ਤੁਸੀਂ ਹੁਣ ਇਹ ਦੱਸੋ ਵੀ ਤੁਸੀਂ ਆਪਣੇ ਤੁਹਾਡਾ ਦਿਲ ਕਰਦਾ ਆਪਣੇ ਉੱਥੇ ਕਪੂਰਥਲੇ ਜਾਣ ਨੂੰ? ਨਹੀਂ। ਕਿਉਂ? ਨਾਲੇ ਕਹਿੰਦੇ ਮੈਂ ਲੱਭ ਲੂੰ ਜਾ ਕੇ। ਲੱਭ ਤਾਂ ਲਊ ਮੈਂ ਕੀ ਕਰਨਾ ਉੱਥੇ ਜਾ ਕੇ, ਧੁੱਪ ਚੜ੍ਹਦੀ ਮੈਂ 400 ਰੁਪਈਆ ਦੁਕਾਨ ਵਾਲੇ ਤੋਂ ਦਾਰਾ ਲਿਆਈ ਹਾਂ, ਤੁਹਾਡੇ ਘਰ ਆਈ ਹਾਂ ਅਤੇ
आटा भी देता इतो रक्षे दे बहना तू चल जाना तू चार गल्ला कर ला मुंडे ने जाना थे इंडिया नहीं दो कर रहंदे मेरी गल सुनो ले इंडिया जाना मैं तुम्हारे देखो किड्डी मैं तुम्हारे बतना दी गल करदा तुहानू गां दी पई है कोई गल तां नहीं होई ना हुण मैं तुम्हारे वतन की गल करदा इत्थे 20 साल तुसीं गुजारे जिथे तुम्हारे अब्बा जी थानेदार सी मैं उत्थे दी गल करदा तुसीं देख लो अगे गल ही नहीं सुनदे तो तू की काम करदा मैं मुंडे पढ़ाना कॉलेज च केड़े कॉलेज च ਤੁਸੀਂ ਜਾਣਾ ਉੱਥੇ ਆਪਾਂ ਗੱਲ ਕਰੀਏ ਤੁਹਾਡੇ ਪਿੰਡ ਦੀ ਮੈਂ ਤਾਂ ਕਪੂਰਥਲੇ ਦੀ ਗੱਲ ਕਰਦਾ ਤੁਸੀਂ ਮੇਰੇ ਪਿੰਡ ਨੂੰ ਚੱਲ ਚੱਲਦੇ ਆ ਦੇਖ ਲਓ 20 ਸਾਲ ਉੱਥੇ ਗੁਜ਼ਾਰੇ ਨਹੀਂ ਤੁਸੀਂ ਯਾਦ ਨਹੀਂ ਆਉਂਦੇ ਨਹੀਂ ਆਉਂਦੇ ਯਾਰ ਉੱਥੇ ਤੁਹਾਡੀ ਅੰਮੀ ਰਹਿੰਦੀ ਸੀ ਅੱਬਾ ਰਹਿੰਦਾ ਸੀ ਹੋਰ ਰਿਸ਼ਤੇਦਾਰ ਇੱਕ ਮਹੱਲੇ ਸਾਰੇ ਭੁੱਲ ਗਏ ਰਾਜ ਰੱਖਣ ਭੁੱਲ ਗਈਆਂ ਖੱਖੜੀਆਂ ਤਿੰਨੇ ਚੀਜ਼ਾਂ ਯਾਦ ਰਹੀਆਂ ਲੂਣ ਅਤੇ ਲੱਕੜੀਆਂ ਹੁਣ ਮੈਨੂੰ ਕੁਛ ਨਹੀਂ ਹੁਣ ਮੈਨੂੰ ਇਹ ਆ ਵੀ ਰੋਟੀ ਲਾ ਪਵੇ ਯਾਦ ਤਾਂ ਤੁਹਾਨੂੰ ਬੜਾ ਕੁਛ ਆਇਆ ਦੇਖੋ ਆ ਖਾਣ ਕਿੱਡਾ ਸੋਹਣਾ ਸੁਣਾਇਆ ਜ਼ਮੀਨ ਹੈਗੀ ਸੀ ਉੱਥੇ ਜ਼ਮੀਨ ਹੈ ਸੀ ਹਾਂ ਅਤੇ ਸ਼ਹਿਰ 'ਚ ਰਹਿੰਦੇ ਸੀ ਜ਼ਮੀਨ ਕਿੱਥੇ ਸੀ ਉੱਥੇ ਸ਼ਹਿਰ ਸ਼ਹਿਰ 'ਚ ਸੀ ਕਿ ਪਿੰਡ 'ਚ ਸੀ 2 ਕਿੱਲੇ ਕਿਹੜੇ ਪਿੰਡ 'ਚ ਸੀ ਉੱਥੇ ਹੀ ਨਹੀਂ ਕਪੂਰਥਲਾ ਤਾਂ ਸ਼ਹਿਰ ਮੁਹੱਲੇ 'ਚ ਥੋੜ੍ਹੋ ਜ਼ਮੀਨ ਹੁੰਦੀ ਹੈ ਬਹੁਤ ਨਾਲ ਲੱਗਦੀ ਸੀ ਹਾਂ ਕੀ ਉੱਥੇ ਖੂਹ ਲਾਇਆ ਸੀ ਨਹੀਂ ਹਾਂ ਚਲਾਰਾ ਸੀ ਕੌਣ ਵਾਹਦਾ ਸੀ ਜ਼ਮੀਨ ਉਹ ਰਾਖ ਤੇ ਦੇ ਦਿੰਦੇ ਅੱਛਾ ਉਹ ਵੀ ਰਾਈ ਸੀਗੇ ਰਾਖ ਨਹੀਂ ਇਹਨਾਂ ਨੇ ਮੈਨੂੰ ਪੁੱਛਿਆ ਮੈਂ ਨਹੀਂ ਸੀ ਪੁੱਛਦੀ ਸਾਡਾ ਅੱਬਾ ਬਹੁਤੀਆਂ ਗੱਲਾਂ ਨਹੀਂ ਸੀ ਕਰਦਾ ਸਾਡੇ ਦਾ ਤੁਹਾਡੇ ਕਈ ਹੋਣ ਨਾ ਉੱਥੇ ਜੇ ਤੁਹਾਡੀ ਉਮਰ ਦੀਆਂ ਹੋਈਆਂ ਕੋਈ ਜਨਾਨੀਆਂ ਮਾਈਆਂ ਉਹਨਾਂ ਨੂੰ ਪਤਾ